ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਤੇ ਸਿੱਖ ਜਥੇ ਦੀ ਪਾਕਿਸਤਾਨ ਯਾਤਰਾ ਰੱਦ ਹੋਣ ਦੇ ਬਾਅਦ ਵੀ ਸਿੱਖ ਸੰਗਤਾਂ ਨੂੰ ਕਿਤੇ ਨਾ ਕਿਤੇ ਉਮੀਦ ਹੈ ਕਿ ਭਾਰਤ ਸਰਕਾਰ ਉਹਨਾਂ ਨੂੰ ਦਿਨ ਦੇ ਦਿਨ 21 ਫਰਵਰੀ ਨੂੰ ਹੀ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦੇ ਦੇਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਚਾਰਾਜੋਈ ਕਰਦਿਆਂ ਜਿੱਥੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਘ ਸ਼ਹੀਦਾਂ ਦੇ ਇਤਿਹਾਸ ਨਾਲ ਸੰਬੰਧਿਤ 8 ਕਿਤਾਬਾਂ ਭੇਜ ਕੇ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਧਿਕਾਰੀ ਖੁਦ ਜਾ ਕੇ ਇਹ ਕਿਤਾਬਾਂ ਦਾ ਸੈੱਟ ਪ੍ਰਧਾਨ ਮੰਤਰੀ ਨੂੰ ਸੌਂਪਣਗੇ ਤੇ ਸੰਗਤਾਂ ਦੀ ਮੰਗ ਤੋਂ ਜਾਣੂ ਕਰਵਾਉਣਗੇ। ਸ਼ਹੀਦੀ ਦਿਹਾੜਾ 100 ਸਾਲਾ ਮਨਾਉਣ ਵਾਸਤੇ ਜੋ ਸ਼ਰਧਾਲੂਆਂ ਦਾ ਜਥਾ 18 ਤਰੀਕ ਕੱਲ੍ਹ ਜਾਣਾ ਸੀ, ਭਾਰਤ ਸਰਕਾਰ ਵੱਲੋਂ ਰੋਕੇ ਜਾਣ ਦੇ ਉੱਤੇ ਨਹੀਂ ਜਾ ਸਕਿਆ। ਸ਼ਰਧਾਲੂਆਂ ਨੂੰ ਕੇਵਲ ਜਾਣ ਵਾਲਿਆਂ ਨੂੰ ਪੀੜਾ ਹੀ ਨਹੀਂ ਹੋਈ, ਸਗਾਂ ਕਿਸੇ ਵੀ ਕੋਨੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਸੀ, ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਸੀ, ਮੇਰੇ ਖਿਆਲ ਉਹਨਾਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਇਹ ਸੱਚਮੁੱਚੀ ਇੱਕ ਧੱਕਾ ਵੀ ਹੋਇਆ ਅਤੇ ਬੇਇਨਸਾਫੀ ਵੀ ਹੋਈ, ਕਿਉਂਕਿ ਉੱਥੋਂ ਦਾ ਇਤਿਹਾਸ ਕਿੰਨਾ ਦਿਲ ਹਿਲਾਉਣ ਵਾਲਾ, ਕਿੰਨਾ ਦਿਲ ਕੰਬਾਊ ਹੈ, ਕਿਸ ਤਰ੍ਹਾਂ ਦੀਆਂ ਤਸ਼ੱਦਦ ਉੱਥੇ ਹੋਇਆ, ਕਿਸ ਤਰ੍ਹਾਂ ਜਿਉਂਦਿਆਂ ਨੂੰ ਹੀ ਕੱਟ ਕੱਟ ਕੇ ਉੱਥੇ ਜਲਾਏ ਗਏ, ਕਿਸ ਤਰ੍ਹਾਂ ਗੋਲੀ ਚੱਲ ਕੇ ਸ਼ਹੀਦ ਹੋਏ, ਕਿਵੇਂ ਜੰਡ ਨਾਲ ਬੰਨ ਕੇ ਪੁੱਠੇ ਬੰਨ ਕੇ ਲਟਕਾ ਕੇ ਉੱਥੇ ਸਾੜਿਆ ਗਿਆ, ਕਿਸ ਤਰ੍ਹਾਂ ਭਾਈ ਲਛਮਣ ਸਿੰਘ ਦੀ ਗੱਲ ਆਉਂਦੀ ਹੈ, ਕਰਤਾਰ ਸਿੰਘ ਝੱਬਰ ਦੀ ਗੱਲ ਆਉਂਦੀ ਹੈ, ਸਰਦਾਰ ਦੀਪ ਸਿੰਘ ਦੀ ਆਉਂਦੀ ਹੈ, ਜਾਂ ਨਾਲ 260 ਸਾਰਿਆਂ ਦੀ ਗੱਲ ਆਉਂਦੀ ਹੈ, ਅਤੇ ਸਭ ਤੋਂ ਵੱਡਾ ਦਰਦ ਹਿਲਾ ਜਿਹੜਾ ਦਿਲ ਹਿਲਾਉਣ ਵਾਲਾ ਜਿਹੜਾ ਕੰਬਾਊ ਇੱਕ ਸੀਨ ਬਣਦਾ ਕਿ ਜਦੋਂ 8 ਸਾਲ ਦੇ ਬੱਚੇ ਦੀ ਵੀ ਗੱਲ ਆਉਂਦੀ ਹੈ ਅਤੇ ਬੰਦਾ ਹਿੱਲ ਕੇ ਰਹਿ ਜਾਂਦਾ ਕਿ ਐਡਾ ਵੱਡੇ ਤਸ਼ੱਦਦ ਹੋਏ ਹੈ। ਅਸੀਂ ਉਸ ਅਸਥਾਨ ਦੇ ਉੱਤੇ ਸਿਜਦਾ ਕਰਨ ਚੱਲੇ ਸੀ 100 ਸਾਲ ਦੀ ਸ਼ਤਾਬਦੀ ਮਨਾਉਣ ਵਾਸਤੇ, ਸਾਡਾ ਬੜਾ ਵੱਡਾ ਇਤਿਹਾਸਿਕ ਦਿਹਾੜਾ ਸੀ। ਇਸ ਕਰਕੇ ਇਹ ਜਿੱਥੇ ਸਾਡਾ ਮਨ ਪੀੜਿਤ ਹੋਇਆ, ਜਿੱਥੇ ਸਾਡੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਜਿੱਥੇ ਸਾਡਾ ਭਾਵਨਾਵਾਂ ਕਤਲ ਹੋਈਆਂ, ਉੱਥੇ ਅਸੀਂ ਕੱਲ੍ਹ ਫਿਰ ਮੈਂ ਚਿੱਠੀ ਲਿਖੀ ਸੀ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਅਤੇ ਮਾਣਯੋਗ ਗ੍ਰਹਿ ਮੰਤਰਾਲੇ ਨੂੰ, ਅਤੇ ਮੈਂ ਇਹੀ ਮੰਗ ਕੀਤੀ ਸੀ ਕਿ ਅਜੇ ਵੀ ਸਮਾਂ ਹੈ, ਜੇ ਤੁਸੀਂ ਇੱਕ ਵਾਰੀ ਫਿਰ ਰਿਵਿਊ ਕਰਕੇ ਆਪਣੀ ਵਿਚਾਰ ਨੂੰ ਚੇਂਜ ਕਰਕੇ ਅਤੇ ਸਾਡੀ ਫਰਿਆਦ ਨੂੰ ਸੁਣਦਿਆਂ ਹੋਇਆਂ ਅਲਾਓ ਕਰ ਦਿੱਤਾ ਜਾਵੇ, ਅਤੇ ਅਸੀਂ ਜਿਹੜੇ ਪਾਕਿਸਤਾਨ ਵਿੱਚ ਕੀਰਤਨੀ ਜਥਿਆਂ ਨੂੰ ਉਡੀਕ ਰਹੇ ਹੈ, ਪ੍ਰਚਾਰਕਾਂ ਨੂੰ ਉਡੀਕ ਰਹੇ ਹੈ, ਕਿਉਂਕਿ ਉਹਨਾਂ ਨੇ ਹਮੇਸ਼ਾ ਸਾਡੇ ਕੋਲ ਕੀਰਤਨੀ ਜਥੇ ਮੰਗੇ ਹੈ, 3 ਜਥੇ ਅਸੀਂ ਲੈ ਕੇ ਜਾ ਰਹੇ ਸੀ, ਬਹੁਤ ਸਾਰਾ ਸਾਜੋ ਸਮਾਨ ਜਿਹੜਾ ਉਹਨਾਂ ਨੇ ਸੰਬੰਧਿਤ ਕੀਰਤਨ ਨਾਲ ਜਾਂ ਸੈਂਚੀਆਂ ਗੁਟਕੇ ਉਹ ਮੰਗੇ ਸਨ ਉਹ ਲੈ ਕੇ ਜਾ ਰਹੇ ਸੀ। ਉਹ ਸਾਰੀਆਂ ਚੀਜ਼ਾਂ ਅਸੀਂ ਤਾਂ ਚਿੱਠੀ ਲਿਖੀ ਸੀ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਬਹੁਤ ਜ਼ਿੰਮੇਵਾਰੀ ਵਾਲੀ ਥਾਂ ਦੇ ਉੱਤੇ ਬੈਠੇ ਹੈ, ਗ੍ਰਹਿ ਮੰਤਰੀ ਜੀ ਬੜੀ ਜ਼ਿੰਮੇਵਾਰੀ ਦੀ ਪੋਸਟ 'ਤੇ ਬੈਠੇ ਹੈ, ਅਤੇ ਉਹਨਾਂ ਨੇ ਜੇ ਦੁਬਾਰਾ ਵਿਚਾਰ ਕਰਕੇ ਸਾਨੂੰ ਅਲਾਓ ਕਰ ਦੇਣ ਅਤੇ ਅਸੀਂ ਜੇ 19 ਨੂੰ ਨਹੀਂ 20 ਨੂੰ ਕਮ ਸੇ ਕਮ 21 ਵਾਲੇ ਦਿਨ ਜਾ ਕੇ ਉੱਥੇ ਆਪਣੇ ਆਸਥਾ ਜਿਹੜੀ ਉਹ ਜ਼ਾਹਰ ਕਰ ਸਕੀਏ। ਪਰ ਅਜੇ ਤੱਕ ਵੀ ਕੋਈ ਜਵਾਬ ਨਹੀਂ ਆਇਆ, ਅਸੀਂ ਅੱਜ ਵੀ ਉਡੀਕ ਰਹੇ ਹਾਂ ਵੀ ਸ਼ਾਇਦ ਕੋਈ ਸ਼ਾਮ ਤੱਕ ਵਾਹਿਗੁਰੂ ਕਿਰਪਾ ਕਰ ਦੇਵੇ ਅਤੇ ਕੋਈ ਜਵਾਬ ਆ ਜਾਵੇ, ਕਿਉਂਕਿ ਤੁਹਾਡੇ ਬਹੁਤ ਸਾਰੇ ਪ੍ਰੈਸ ਵਾਲੇ ਵੀ ਮੈਨੂੰ ਪੁੱਛ ਰਹੇ ਸੀ ਵੀ ਲੱਗਦਾ ਹੈ ਕਿ ਸ਼ਾਇਦ ਉਹ ਵਿਚਾਰ ਕਰਕੇ ਤੁਹਾਨੂੰ ਦੇ ਦੇਣ, ਅਸੀਂ ਵੀ ਉਹ ਉਡੀਕ ਕਰ ਰਹੇ ਹਾਂ। ਸਾਡਾ ਸਮਾਗਮ 19 ਤੋਂ 21 ਜਿਹੜਾ ਇੱਥੇ ਪਿੰਡ ਗੋਦਰਪੁਰ ਭਾਈ ਲਛਮਣ ਸਿੰਘ ਜੀ ਦੇ ਸ਼ਹੀਦ ਭਾਈ ਲਛਮਣ ਸਿੰਘ ਦੇ ਪਿੰਡ 'ਚ ਹੈ ਉਹ ਅੱਜ ਸ਼ੁਰੂ ਹੋ ਗਿਆ, ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਅਤੇ ਬੜਾ ਹੀ ਵਿਰਾਗਮਈ ਸਾਰਿਆਂ ਦੇ ਦਿਲ ਨੂੰ ਇਹ ਜਿਹੜੀ ਹੈ ਅੱਜ ਆਸਥਾ ਬਣੀ ਹੋਈ। ਸੋ ਅੱਜ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਸਾਡੇ ਇਤਿਹਾਸ ਤੋਂ ਹੋ ਤਾਂ ਨਹੀਂ ਸਕਦਾ ਕਿ ਪ੍ਰਧਾਨ ਮੰਤਰੀ ਜੀ ਜਾਣੂ ਨਾ ਹੋਣ, ਹੋ ਤਾਂ ਨਹੀਂ ਸਕਦਾ ਕਿ ਏਡੀਆਂ ਵੱਡੀਆਂ ਪੁਜੀਸ਼ਨਾਂ 'ਤੇ ਬੈਠੀਆਂ ਸਾਡੀਆਂ ਸ਼ਖਸੀਅਤਾਂ ਇਸ ਤੋਂ ਜਾਣੂ ਨਾ ਹੋਣ। ਮੈਨੂੰ ਆਸ ਹੈ ਕਿ ਉਹਨਾਂ ਨੂੰ ਇਸ ਇਤਿਹਾਸ ਦਾ, ਇਸ ਗੌਰਵਮਈ ਇਤਿਹਾਸ ਦਾ, ਇਹਨਾਂ ਸ਼ਹਾਦਤਾਂ ਦਾ ਜ਼ਰੂਰ ਗਿਆਨ ਹੋਵੇਗਾ, ਪਰ ਫਿਰ ਵੀ ਜੇ ਉਹਨਾਂ ਨੇ ਸਾਡੇ ਨਾਲ ਇਨਸਾਫ਼ ਨਹੀਂ ਕੀਤਾ ਇਹਦਾ ਕਾਰਨ ਕੀ ਹੈ, ਉਹਦੇ ਵਾਸਤੇ ਮੈਂ ਅੱਜ 8 ਕੁ ਕਿਤਾਬਾਂ ਦਾ ਸੈੱਟ ਜਿਹੜਾ ਕਿ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਿਤ ਹਨ, ਭਾਵੇਂ ਉਹ ਨਨਕਾਣਾ ਸਾਹਿਬ ਦਾ ਸੱਕ ਹੈ, ਭਾਵੇਂ ਉਹ ਜੈਤੋ ਕੇ ਮੋਰਚੇ ਦਾ, ਭਾਵੇਂ ਗੁਰੂ ਕੇ ਬਾਗ ਦਾ, ਭਾਵੇਂ ਅਕਾਲੀ ਮੋਰਚਿਆਂ ਦਾ, ਭਾਵੇਂ ਸਾਡੇ ਉੱਥੋਂ ਦੇ ਉਸ ਵੇਲੇ ਦੇ ਜਿਹਨਾਂ ਦਾ ਅੱਖੀ ਡਿੱਠਾ ਹਾਲ ਸੀਗਾ, ਉਹ ਕਿਤਾਬਾਂ ਲਿਖੀਆਂ, ਉਹ ਸਾਰੀਆਂ 8 ਕਿਤਾਬਾਂ ਦਾ ਸੈੱਟ ਬਣਾ ਕੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ, ਮਾਣਯੋਗ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ, ਅਤੇ ਨਾਲ ਮੈਂ ਬਕਾਇਦਾ ਸਕੱਤਰ ਦੀ ਡਿਊਟੀ ਲਾ ਰਹੀ ਹਾਂ ਕਿ ਉਹ ਉੱਥੇ ਜਾ ਕੇ ਸਾਡਾ ਅਮੀਰ ਸਕੱਤਰ ਆਪ ਜਾ ਕੇ ਦਫ਼ਤਰ ਵਿੱਚ ਦੇ ਕੇ ਆਉਣ ਕਿ ਪ੍ਰਧਾਨ ਮੰਤਰੀ ਜੀ ਇੱਕ ਵਾਰੀ
ਸਾਡੇ ਇਤਿਹਾਸ ਨੂੰ ਜ਼ਰੂਰ ਖੋਜ ਕੇ ਦੇਖੋ ਕਿ ਜਿਹੜਾ ਤੁਸੀਂ ਸਾਨੂੰ ਅੱਜ ਜਵਾਬ ਦਿੱਤਾ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ ਕੀ ਇਹ ਜਾਇਜ਼ ਹੈ ਕੀ ਇਹ ਸਾਡੇ ਵਾਸਤੇ ਦੁਖਦਾਈ ਨਹੀਂ ਕੀ ਸਾਡੇ ਨਾਲ ਬੇਇਨਸਾਫੀ ਨਹੀਂ ਕੀ ਸਾਡੇ ਨਾਲ ਧੱਕਾ ਨਹੀਂ ਕੀ ਸਾਨੂੰ ਇਹ ਸੱਟ ਨਹੀਂ ਵੱਜੀ ਜੇ ਉਹ ਇਤਿਹਾਸ ਨੂੰ ਖੋਜ ਲੈਣ ਜੇ ਉਹਨੂੰ ਇੱਕ ਵਾਰੀ ਝਾਤ ਮਾਰ ਲੈਣ ਸ਼ਾਇਦ ਉਹਨਾਂ ਦਾ ਵੀ ਮਨ ਕੰਬ ਜਾਵੇ ਸੋ ਉਸ ਇਤਿਹਾਸ ਨੂੰ ਉਹਨਾਂ ਦੇ ਨਜ਼ਰ ਵਿੱਚ ਲਿਆਉਣ ਵਾਸਤੇ ਅਸੀਂ ਅੱਜ ਬੁੱਕ ਸੈੱਟ ਭੇਜ ਰਹੇ ਹਾਂ ਸੋ ਇਹ ਚਿੱਠੀ ਨਾਲ ਦੇਖ ਕੇ ਭੇਜ ਰਹੀ ਹਾਂ ਮੈਂ ਕਿ ਆਹ ਸਾਡੀ ਪੀੜਾ ਸੀ ਇਹ ਕਿਤਾਬਾਂ ਤੁਹਾਡੇ ਕੋਲ ਆ ਰਹੀਆਂ ਨੇ ਕਿਰਪਾ ਕਰਕੇ ਇਹਨੂੰ ਇੱਕ ਵਾਰੀ ਆਪਣੀਆਂ ਅੱਖਾਂ 'ਚੋਂ ਕੱਢ ਲਓ ਜਾਂ ਆਪਣੇ ਧਿਆਨ 'ਚ ਲਿਆਓ ਧਿਆਨ ਗੋਚਰੀ ਕਰਕੇ ਇਹ ਤੋਂ ਮਹਿਸੂਸ ਕਰੋ ਕਿ ਅਸੀਂ ਗਲਤ ਸੀ ਜੇ ਅਸੀਂ ਗਲਤ ਕਿਹਾ ਹੋਵੇ ਜਾਂ ਸਾਡੀ ਫਰਿਆਦ ਗਲਤ ਹੋਵੇ ਜੇ ਸਾਡੀ ਮੰਗ ਗਲਤ ਹੋਵੇ ਜਾਂ ਅਸੀਂ ਕੋਈ ਸ਼ਬਦ ਇਹਦੇ ਵਿੱਚ ਪੀੜਿਤ ਹੋ ਕੇ ਕੋਈ ਐਸੀ ਗੱਲ ਕਹਿ ਦਿੱਤੀ ਹੋਵੇ ਤੁਹਾਨੂੰ ਤੁਸੀਂ ਲੱਗਦਾ ਹੋਵੇ ਤੁਹਾਨੂੰ ਕਿ ਅਸੀਂ ਝੂਠ ਬੋਲ ਰਹੇ ਹਾਂ ਜਾਂ ਗਲਤ ਹੈ ਤਾਂ ਸ਼ਾਇਦ ਅਸੀਂ ਸਮਝਾ ਕੇ ਕਿ ਅਸੀਂ ਵੀ ਕੋਈ ਐਸੀ ਗੱਲ ਕੀਤੀ ਹੋਵੇ ਪਰ ਮੈਂ ਸਮਝਦੀ ਹਾਂ ਕਿ ਇਹ ਅਸੀਂ ਮੈਂ ਆਪਣਾ ਫਰਜ਼ ਸਮਝਿਆ ਕਿ ਇਤਿਹਾਸਕ ਕਿਤਾਬਾਂ ਜ਼ਰੂਰ ਮੈਂ ਪ੍ਰਧਾਨ ਮੰਤਰੀ ਜੀ ਦੇ ਧਿਆਨ ਵਿੱਚ ਲਿਆ ਕਿ ਅੱਜ ਸਿੱਖਾਂ ਨੂੰ ਜੇ ਕੋਈ ਵੀ ਬੇਇਨਸਾਫੀ ਹੋ ਰਹੀ ਹੈ ਇਹਦਾ ਮਤਲਬ ਕਿ ਸਰਕਾਰਾਂ ਸਾਡੀਆਂ ਭਾਵਨਾਵਾਂ ਨੂੰ ਕੁਚਲ ਰਹੀਆਂ ਉਹਨਾਂ ਦੀ ਮਨਸਾ ਕੀ ਹੈ ਮੈਂ ਦੂਜੇ ਦੇ ਦਿਲ ਦੇ ਅੰਦਰ ਦੀ ਗੱਲ ਨਹੀਂ ਦੱਸ ਸਕਦੀ ਮੈਂ ਤਾਂ ਉਹਨਾਂ ਦੀ ਮਹਿਸੂਸ ਕਰ ਸਕਦੀ ਹਾਂ ਕਿ ਸਾਡਾ ਧੱਕਾ ਹੋ ਰਿਹਾ ਸਾਡਾ ਬੇਇਨਸਾਫੀ ਹੋ ਰਹੀ ਹੈ ਸਾਨੂੰ ਉਹਨਾਂ ਨੇ ਸਮਝਿਆ ਹੀ ਨਹੀਂ ਕਿ ਸਾਡੇ ਅੰਦਰ ਕੀ ਤੜਪ ਹੈ ਕੀ ਅਸੀਂ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ ਕਿ ਅਸੀਂ ਸਾਡੀ ਉਹ ਸੰਸਥਾ ਜਿਹੜੀ ਇਹਨਾਂ ਸ਼ਹੀਦਾਂ ਦੇ ਖੂਨ ਵਿੱਚੋਂ ਨਿਕਲੀ ਹੋਵੇ ਉਹਨਾਂ ਦੀਆਂ ਮਿੱਝ ਦੀ ਖੁਰਾਕ ਪਈ ਹੋਵੇ ਫੁਲਵਾੜੀ ਸਾਡੀ ਸਿੰਜੀ ਗਈ ਹੋਵੇ ਅਤੇ ਉਸ ਵੇਲੇ ਮਹਾਤਮਾ ਗਾਂਧੀ ਜੀ ਨੇ ਕਿਹਾ ਹੋਵੇ ਉੱਥੇ ਜਾ ਕੇ ਦੇਖ ਕੇ ਕਿ ਅੱਜ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਸਿੱਖਾਂ ਨੇ ਲੜ ਲਈ ਸਿੱਖ ਜਿੱਤ ਗਏ ਜੇ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਉਸ ਸਮੇਂ 'ਚ ਉਸ ਸੰਘਰਸ਼ 'ਚ ਜਿੱਤੀ ਗਈ ਹੈ ਅਤੇ ਦੂਜੀ ਲੜਾਈ ਜਿਹੜੀ ਸੀ ਆਜ਼ਾਦੀ 70% ਇਹਨਾਂ ਸਿੱਖਾਂ ਨੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਹੋਣ ਅਤੇ ਕੀ ਉਹਨਾਂ ਨੂੰ ਪਤਾ ਨਹੀਂ ਸਾਡੇ ਇਹ ਤਖ਼ਤ ਸਾਡੇ ਗੁਰਦੁਆਰੇ ਸਾਡੇ ਦਰਬਾਰ ਸਾਹਿਬ ਸਭ ਆਜ਼ਾਦ ਇਹਨਾਂ ਸ਼ਹੀਦੀਆਂ ਕਰਕੇ ਹੋਏ ਅਸੀਂ 21 ਤਰੀਕ ਰਾਤ ਨੂੰ ਸ਼ਾਮ ਦੇ ਸਮੇਂ ਦੇ ਉੱਤੇ ਦੀਵਾਨ ਸਜਾਵਾਂਗੇ 2-3 ਘੰਟੇ ਅਸੀਂ ਕੀਰਤਨ ਕਰਾਂਗੇ ਉੱਥੇ ਅਰਦਾਸ ਕਰਾਂਗੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਤੇ ਉਹਨਾਂ ਨੂੰ ਸ਼ਹੀਦਾਂ ਨੂੰ ਅਸੀਂ ਸਨਮਾਨ ਕਰਾਂਗੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਸਿੰਘ ਸਾਹਿਬ ਪ੍ਰਧਾਨ ਕਰਕੇ ਮਾਨਯੋਗ ਸਿੰਘ ਸਾਹਿਬ ਜੀ ਨਾਲ ਗੱਲ ਵਿਚਾਰ ਹੋਈ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ